ਅੱਗ ਹੈ ਬੜੀ ਭਿਆਨਕ ਆ ਨਾ। ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਭਾਂਬੜ ਬਣ ਕੇ ਆਸਮਾਨ ਨੂੰ ਛੂੰਹਦੀਆਂ ਨਜ਼ਰ ਆਈਆਂ। ਬੰਦ ਪਏ ਗੋਦਾਮ ਨੂੰ ਭਿਆਨਕ ਅੱਗ ਲੱਗੀ ਹੈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ। ਇਹ ਘਟਨਾ ਤਰਨ ਤਾਰਨ ਦੇ ਵਿਧਾਨ ਸਭਾ ਖੇਤਰ ਖਡੂਰ ਸਾਹਿਬ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਹੈ। ਇੰਡਸਟਰੀ ਏਰੀਆ ਚ ਬੰਦ ਪਏ ਗੋਦਾਮ ਨੂੰ ਇਹ ਭਿਆਨਕ ਅੱਗ ਲੱਗੀ ਹੈ। ਅੱਗ ਕਾਫੀ ਭਿਆਨਕ ਸੀ, ਜਿਸ ਤੋਂ ਬਾਅਦ ਵੇਖਦੀ ਵੇਖਦੀ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂਹਣ ਲੱਗੀਆਂ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਅੱਗ ਇੰਡਸਟਰੀ ਏਰੀਆ ਚ ਬੰਦ ਪਏ ਗੋਦਾਮ ਨੂੰ ਲੱਗੀ ਹੈ। ਦੱਸਣਾ ਬਣਦਾ ਹੈ ਕਿ ਗੋਦਾਮ ਦੇ ਅੰਦਰ ਭਾਰੀ ਮਾਤਰਾ ਦੇ ਵਿੱਚ ਸਕ੍ਰੈਪ ਪਿਆ ਸੀ, ਜਿਸ ਕਾਰਨ ਅੱਗ ਵੇਖਦੀ ਵੇਖਦੇ ਫੈਲ ਗਈ। ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਇਹ ਭਿਆਨਕ ਰੂਪ ਧਾਰਨ ਕੀਤਾ। ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ। ਇਹ ਗੋਦਾਮ ਕਾਫੀ ਟਾਈਮ ਤੋਂ ਬੰਦ ਪਿਆ ਸੀ ਤੇ ਇਸ ਗੋਦਾਮ ਦੇ ਅੰਦਰ ਭਾਰੀ ਮਾਤਰਾ ਦੇ ਵਿੱਚ ਸਕ੍ਰੈਪ ਪਈ ਸੀ। ਹਾਲਾਂਕਿ ਅੱਗ ਕਿਉਂ ਲੱਗੀ ਹੈ, ਇਸ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ। ਫਿਲਹਾਲ ਦੱਸ ਦਈਏ ਕਿ ਇਹ ਘਟਨਾ ਤਰਨ ਤਾਰਨ ਦੇ ਵਿਧਾਨ ਸਭਾ ਖੇਤਰ ਖਡੂਰ ਸਾਹਿਬ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਹੈ, ਜਿੱਥੇ ਇੰਡਸਟਰੀ ਏਰੀਆ ਚ ਬੰਦ ਪਏ ਗੋਦਾਮ ਨੂੰ ਇਹ ਭਿਆਨਕ ਅੱਗ ਲੱਗੀ ਹੈ। ਇਹ ਆਪਣੇ ਦਿੱਲੀ ਦੇ ਬਾਊ ਜੀ, ਉਹਨਾਂ ਦੀ। ਤੁਸੀਂ ਕੀ ਕਰਦੇ ਸੀ ਇੱਥੇ? ਮੈਂ ਦੇਖਭਾਲ ਹੀ ਨਾਲ ਕੰਮ। ਕਿੱਦਾਂ ਲੱਗੀ ਅੱਗ? ਇਹ ਬੈਕ ਸਾਈਡ ਤੋਂ ਨਾ ਕਿਸੇ ਨੇ ਅੱਗ ਲਗਾਈ ਸੀ ਘੇਰੇ ਘੇਰੇ ਸਾਈਡਾਂ ਤੋਂ, ਉਹ ਚਾਣ ਕੇ ਅੰਦਰ ਆਉਣ ਵਾਲੀ ਅੱਗ 'ਚ। ਕਿੰਨਾ ਕੁ ਨੁਕਸਾਨ ਹੋ ਜਾਂਦਾ? ਇਹਦੀ ਕੋਈ ਹਿਸਾਬ ਨਹੀਂ ਜੀ, ਇਹਦਾ ਮੈਂ ਕੁਝ ਕਹਿ ਨਹੀਂ ਸਕਦਾ। ਫੈਕਟਰੀ ਅੰਦਰ ਕੀ ਸੀ ਸਮਾਨ ਜਿਹੜਾ ਸੜਿਆ? ਹਾਂਜੀ, ਫੈਕਟਰੀ ਅੰਦਰ ਸਮਾਨ ਕੀ ਸੀ ਸੜਿਆ? ਇਹਦੇ ਵਿੱਚ ਹੈਗੀ ਸੀ ਚਾਹ ਪੱਤੀ ਸੀ ਅਤੇ ਹੋਰ ਦੂਜਾ ਵੇਸਟਿੰਗ ਦਾ ਮਾਲ ਸੀ ਜੀ। ਹਾਂਜੀ, ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ? ਇਹਦਾ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ। ਰੋਡ ਦੇ ਲੱਗ ਪ੍ਰਸ਼ਾਸਨ ਦਾ? ਪ੍ਰਸ਼ਾਸਨ ਤਾਂ ਇਹੋ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ ਹੋਵੇ, ਸਾਡਾ ਜੋ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ। ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਪਹੁੰਚੀ ਇੱਥੇ? ਹਾਂਜੀ ਜੀ, ਪਹੁੰਚੇ ਜੀ। GVK ਪਹਿਲੇ ਆਏ ਜੀ। ਕਿੰਨਾ ਕੁ ਚਿਰ ਤੱਕ ਪਹੁੰਚੀ ਇੱਥੇ GVK? ਤਾਂ ਜੀ ਤਰ੍ਹਾਂ ਤਾਂ 10-15 ਮਿੰਟ, 15-20 ਮਿੰਟ, ਅਤੇ ਬਾਕੀ ਜਿਹੜੀਆਂ ਉਹ ਘੰਟਾ ਅੱਧੇ ਘੰਟੇ ਲੇਟ ਆਈਆਂ ਜੀ ਗੱਡੀ। ਇੱਥੇ ਫਾਇਰ ਬ੍ਰਿਗੇਡ ਤਾਂ ਹੈ ਹੀ ਕੋਈ ਨਹੀਂ ਜੀ। ਗੋਇੰਦਵਾਲ ਹੈਗੀ ਹੈ ਜੀ, ਪਰ ਨਹੀਂ ਉਹ ਚਿੱਟਾ ਹਾਥੀ ਸਾਬਤ ਹੋਇਆ ਜੀ। ਗੱਡੀਆਂ ਨਹੀਂ ਹੈਗੀਆਂ ਅੰਦਰ, ਨਾ ਕੋਈ ਸਟਾਫ ਹੈਗਾ ਜੀ। ਪਹਿਲਾਂ ਵੀ ਅੱਗ ਲੱਗੀ ਇੱਥੇ? ਇੱਥੇ ਪਹਿਲਾਂ ਵੀ ਜੀ ਇੱਕ ਮੇਜਰ ਅੱਗ ਲੱਗੀ ਸੀ ਸੁਰਿੰਦਰਪਾਲ ਸਿੰਘ ਸੈਣੀ ਦੀ ਫੈਕਟਰੀ 'ਚ, ਉਹਨਾਂ ਦਾ ਵੀ ਕਰੋੜਾਂ ਰੁਪਈਆ ਨੁਕਸਾਨ ਹੋਇਆ। ਅੱਗ ਹੈ ਬੜੀ ਭਿਆਨਕ ਆ ਨਾ। ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਭਾਂਬੜ ਬਣ ਕੇ ਆਸਮਾਨ ਨੂੰ ਛੂੰਹਦੀਆਂ ਨਜ਼ਰ ਆਈਆਂ। ਬੰਦ ਪਏ ਗੋਦਾਮ ਨੂੰ ਭਿਆਨਕ ਅੱਗ ਲੱਗੀ ਹੈ, ਜਿਸ ਕਾਰਨ ਲੱਖਾਂ ਦਾ ਨੁਕਸਾਨ ਹੋਇਆ। ਇਹ ਘਟਨਾ ਤਰਨ ਤਾਰਨ ਦੇ ਵਿਧਾਨ ਸਭਾ ਖੇਤਰ ਖਡੂਰ ਸਾਹਿਬ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਹੈ। ਇੰਡਸਟਰੀ ਏਰੀਆ ਚ ਬੰਦ ਪਏ ਗੋਦਾਮ ਨੂੰ ਇਹ ਭਿਆਨਕ ਅੱਗ ਲੱਗੀ ਹੈ। ਅੱਗ ਕਾਫੀ ਭਿਆਨਕ ਸੀ, ਜਿਸ ਤੋਂ ਬਾਅਦ ਵੇਖਦੀ ਵੇਖਦੀ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੂਹਣ ਲੱਗੀਆਂ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਅੱਗ ਇੰਡਸਟਰੀ ਏਰੀਆ ਚ ਬੰਦ ਪਏ ਗੋਦਾਮ ਨੂੰ ਲੱਗੀ ਹੈ। ਦੱਸਣਾ ਬਣਦਾ ਹੈ ਕਿ ਗੋਦਾਮ ਦੇ ਅੰਦਰ ਭਾਰੀ ਮਾਤਰਾ ਦੇ ਵਿੱਚ ਸਕ੍ਰੈਪ ਪਿਆ ਸੀ, ਜਿਸ ਕਾਰਨ ਅੱਗ ਵੇਖਦੀ ਵੇਖਦੇ ਫੈਲ ਗਈ। ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਅੱਗ ਨੇ ਇਹ ਭਿਆਨਕ ਰੂਪ ਧਾਰਨ ਕੀਤਾ ਹੈ। ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਜਾ ਰਿਹਾ। ਇਹ ਗੋਦਾਮ ਕਾਫੀ ਟਾਈਮ ਤੋਂ ਬੰਦ ਪਿਆ ਸੀ ਤੇ ਇਸ ਗੋਦਾਮ ਦੇ ਅੰਦਰ ਭਾਰੀ ਮਾਤਰਾ ਦੇ ਵਿੱਚ ਸਕ੍ਰੈਪ ਪਈ ਸੀ। ਹਾਲਾਂਕਿ ਅੱਗ ਕਿਉਂ ਲੱਗੀ ਹੈ, ਇਸ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ।
ਫਿਲਹਾਲ ਦੱਸ ਦਈਏ ਕਿ ਇਹ ਘਟਨਾ ਤਰਨ ਤਾਰਨ ਦੇ ਵਿਧਾਨ ਸਭਾ ਖੇਤਰ ਖਡੂਰ ਸਾਹਿਬ ਦੇ ਕਸਬਾ ਗੋਇੰਦਵਾਲ ਸਾਹਿਬ ਦੀ ਹੈ, ਜਿੱਥੇ ਇੰਡਸਟਰੀ ਏਰੀਆ 'ਚ ਬੰਦ ਪਏ ਗੋਦਾਮ ਨੂੰ ਇਹ ਭਿਆਨਕ ਅੱਗ ਲੱਗੀ ਹੈ। ਚਾਹ ਪੱਤੀ ਸੀ ਤੇ ਹੋਰ ਦੂਜਾ ਵੇਸਟਿੰਗ ਦਾ ਮਾਲ ਸੀ। ਜਿਹੜੀਆਂ ਮੇਜਰ ਅੱਗ ਲੱਗੀ ਸੁਰਿੰਦਰਪਾਲ ਸਿੰਘ ਸੈਣੀ ਦੀ ਫੈਕਟਰੀ ਚ, ਉਹਨਾਂ ਦਾ ਵੀ ਕਰੋੜਾਂ ਰੁਪਏ ਨੁਕਸਾਨ ਹੋਇਆ।